ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਮੈਂ ਨਮਨਦੀਪ ਕੌਰ ਸਵਰਸੰਗੀਤ ਚੈਨਲ ਤੋਂ ਵਕਵਕ ਰਾਗ ਦੇ ਸਮੇਂ ਸਿਧਾਂਤ ਉੱਤੇ ਚਾਨਣਾ ਪਾਉਣ ਜਾ ਰਹੀ ਹਾਂ ਆਸ ਕਰਦੀ ਹਾਂ ਇਹ ਵਿਸ਼ਾ ਤੁਹਾਡੇ ਗਿਆਨ ਵਿੱਚ ਵਾਧਾ ਜ਼ਰੂਰ ਕਰੇਗਾ ਰਾਗ ਦਾ ਸਮ ਸਿਧਾਂਤ ਹਿੰਦੁਸਤਾਨੀ ਸੰਗੀਤ ਪદ્ધਤੀ ਵਿੱਚ ਰਾਗਾ ਦਾ ਗਾਇਨ ਕਰਦੇ ਸਮੇਂ ਰਾਗਾ ਦੇ ਵਕਵਕ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ ਇਹਨਾਂ ਨਿਯਮਾਂ ਵਿੱਚ ਇੱਕ ਵਿਸ਼ੇਸ਼ ਨਿਯਮ ਰਾਗਾਂ ਨੂੰ ਸਮੇਂ ਸਿਰ ਗਾਉਣ ਵਜਾਉਣ ਦਾ ਹੈ ਸਮੇਂ ਸਿਰ ਰਾਗ ਗਾਉਣ ਤੇ ਵਧੇਰੇ ਰੰਜਕ ਲੱਗਦੇ ਹਨ ਸੰਗੀਤ ਮਕਰੰਦ ਗ੍ਰੰਥ ਵਿੱਚ ਲਿਖਿਆ ਹੈ ਕਿ ਰਾਗਾਂ ਨੂੰ ਸਮੇਂ ਸਿਰ ਨਾ ਗਾਉਣ ਤੇ ਰਾਗਾ ਦੀ ਮੌਤ ਹੋ ਜਾਂਦੀ ਹੈ ਸੰਗੀਤ ਮਕਰੰਦ ਗ੍ਰੰਥ ਵਿੱਚ ਰਾਗ ਵਰਗੀਕਰਨ ਪੱਧਤੀ ਦੇ ਅੰਤਰਗਤ ਸੂਰਿਆਂਸ਼ ਮਧਿਆਂਸ਼ ਤੇ ਚੰਦਰਿਆਂਸ਼ ਪ੍ਰਕਾਰਾਂ ਦਾ ਵਰਣਨ ਮਿਲਦਾ ਹੈ ਸੂਰਿਆਂਸ਼ ਦੇ ਅੰਤਰਗਤ ਪ੍ਰਾਤਕਾਲ ਸਮੇਂ ਵਿੱਚ ਗਾਏ ਜਾਣ ਵਾਲੇ ਰਾਗ ਮਧਿਆਂਸ਼ ਦੇ ਅੰਤਰਗਤ ਦੁਪਹਿਰ ਵੇਲੇ ਅਤੇ ਚੰਦਰਯਾਂਚ ਦੇ ਅੰਤर्गत ਰਾਤ ਦੇ ਪਹਿਲੇ ਪੈਰ ਵਿੱਚ ਗਾਏ ਜਾਣ ਵਾਲੇ ਰਾਗ ਆਉਂਦੇ ਹਨ ਕੁਝ ਰਾਗਾਂ ਦਾ ਸੰਬੰਧ ਗਰਮੀ ਸਰਦੀ ਬਸੰਤ ਵਰਖਾ ਆਦਰੂਤਾ ਨਾਲ ਜੋੜਿਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਸ੍ਰੀ ਰਾਗ ਸਰਦੀ ઋਤੂ ਵਿੱਚ ਅਤੇ ਬਸੰਤ ਰਾਗ ਬਸੰਤ ઋਤੂ ਵਿੱਚ ਗਾਏ ਜਾਣ ਤੇ ਵਧੇਰੇ ਮధుਰ ਲੱਗਦੇ ਹਨ ਇਸ ਪ੍ਰਕਾਰ ਰਾਗਾਂ ਨੂੰ ਸਮੇਂ ਅਨੁਸਾਰ ਗਾਉਣ ਵਜਾਉਣ ਨੂੰ ਹੀ ਮਹੱਤਵ ਦਿੱਤਾ ਗਿਆ ਹੈ ਰਾਗ ਦਾ ਸਮਾਂ ਨਿਸ਼ਚਿਤ ਕਰਨ ਵਾਲੇ ਨਿਯਮਾ ਦਾ ਵਰਣਨ ਕੁਝ ਇਸ ਤਰ੍ਹਾਂ ਹੈ ਪਹਿਲਾ ਪੂਰਵਾੰਗ ਤੇ ਉਤਰਾੰਗ ਰਾਗਾ ਦਾ ਸਮਾਂ ਨਿਸ਼ਚਿਤ ਕਰਨ ਲਈ ਵਿਦਵਾਨਾਂ ਨੇ ਪੂਰਵਾੰਗ ਤੇ ਉਤਰਾੰਗ ਦਾ ਨਿਯਮ ਦਿੱਤਾ ਹੈ ਇਸ ਲਈ ਵਿਦਵਾਨਾਂ ਨੇ ਦਿਨ ਤੇ ਰਾਤ ਦੇ 24 ਘੰਟੇ ਨੂੰ ਦੋ ਭਾਗਾਂ ਵਿੱਚ ਵੰਡਿਆ ਪਹਿਲਾ ਭਾਗ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅਤੇ ਦੂਜਾ ਭਾਗ ਰਾਤ ਦੇ 12 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਪਹਿਲੇ ਭਾਗ ਨੂੰ ਪੂਰਵਾੰਗ ਅਤੇ ਦੂਜੇ ਭਾਗ ਨੂੰ ਉਤਰਾੰਗ ਦਾ ਨਾਮ ਦਿੱਤਾ ਗਿਆ ਇਸ ਪ੍ਰਕਾਰ ਸਬਤਕ ਦੇ ਸਵਰਾਂ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲੇ ਭਾਗ ਵਿੱਚ ਸਾ ਰੇ ਗਾ ਮਾਨੂਪੁਰਵਾੰਗ ਅਤੇ ਦੂਜੇ ਭਾਗ ਪਾ ਦਾ ਨੀ ਸਾਰ ਨੂੰ ਉਤਰਾੰਗ ਕਿਹਾ ਗਿਆ ਹੈ ਇਸ ਨਿਯਮ ਦੇ ਅਨੁਸਾਰ ਰਾਗ ਦਾ ਸਮਾ ਨਿਸ਼ਚਿਤ ਕਰਨ ਲਈ ਰਾਗ ਦਾ ਵਾਦੀ ਸੁਰ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਇਸ ਦੇ ਅਨੁਸਾਰ ਜੇਕਰ ਕਿਸੇ ਰਾਗ ਦਾ ਵਾਦੀ ਸੁਰ ਸਪਤਕ ਦੇ ਪੁਰਵਾੰਗ ਪਾਵ ਸਾ ਰੇ ਗਾ ਮਾ ਸੁਰ ਵਿਚ ਕੋਈ ਇਕ ਹੈ ਤਾਂ ਰਾਗ ਪੁਰਵਾੰਗਵਾਦੀ ਕਹਾਏਗਾ ਇਸ ਪੁਰਵਾੰਗਵਾਦੀ ਰਾਗ ਦਾ ਸਮਾ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹੋਵੇਗਾ ਉਦਾਹਰਨ ਦੇ ਤੌਰ ਤੇ ਰਾਗ ਕਲਿਆਣ ਦਾ ਵਾਦੀ ਸਵਰ ਗਾ ਹੈ ਜੋ ਕਿ ਸप्तक ਦੇ ਪੂਰਵਾੰਗ ਵਿੱਚ ਆਉਂਦਾ ਹੈ ਇਸ ਲਈ ਇਸ ਦਾ ਸਮਾਂ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹੋਵੇਗਾ ਇਸ ਪ੍ਰਕਾਰ ਜੇਕਰ ਕਿਸੇ ਰਾਗ ਦਾ ਵਾਦੀ ਸਵਰ ਸप्तक ਦੇ ਉਤਰਾੰਗ ਪਾ ਪਾ ਦਾ ਨੀ ਸਾ ਸਵਰਾ ਵਿੱਚੋਂ ਕੋਈ ਇੱਕ ਹੈ ਤਾਂ ਰਾਗ ਉਤਰਾੰਗ ਵਾਦੀ ਕਹਾਏਗਾ ਅਤੇ ਇਸ ਰਾਗ ਦਾ ਸਮਾਂ ਰਾਤ ਦੇ 12 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਦਾ ਹੋਵੇਗਾ ਉਦਾਹਰਨ ਦੇ ਤੌਰ ਤੇ ਰਾਗ ਬਿਲਾਵਲ ਦਾ ਵਾਦੀਸ਼ਰ ਧਾ ਹੈ 10 ਸਵ 70 ਦੇ ਉਤਰਾੰਗ ਦੇ ਵਿੱਚ ਆਉਂਦਾ ਹੈ ਇਸ ਲਈ ਰਾਗ ਬਿਲਾਵਲ ਦਾ ਸਮਾ ਰਾਤ ਦੇ 12 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਹੋਵੇਗਾ अपवाद ਹਿੰਦੁਸਤਾਨੀ ਸੰਗੀਤ ਵਿੱਚ ਕੁਝ ਰਾਗ ਅਜਿਹੇ ਹਨ ਜਿਹੜੇ ਕਿ ਇਸ ਨਿਯਮ ਦੇ ਅੰਤਰਗਤ ਨਹੀਂ ਆਉਂਦੇ ਉਦਾਹਰਨ ਦੇ ਤੌਰ ਤੇ ਰਾਗ ਪੈਰਵੀ ਦਾ ਵਾਦੀਸ਼ਰ ਮਾ ਹੈ ਜੋ ਕਿ ਸप्तक ਦੇ ਪੂਰਵਾੰਗ ਵਿੱਚ ਆਉਂਦਾ ਹੈ ਇਸ ਨਿਯਮ ਦੇ ਅਨੁਸਾਰ ਇਸ ਦਾ ਸਮਾ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਬਣਦਾ ਹੈ ਰਾਗ ਪੈਰਵੀ ਦਾ ਗਾਇਨ ਸਮਾ ਦਿਨ ਦਾ ਪਹਿਲਾ ਪੈਰ ਹੈ ਜੋ ਕਿ ਰਾਤ ਦੇ 12 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਆਉਂਦਾ ਹੈ। ਭਾਵ ਕਿ ਉਤਰੰਗ ਭਾਗ ਵਿੱਚ ਆਉਂਦਾ ਹੈ। ਇਸ ਪ੍ਰਕਾਰ ਰਾਗ ਪੈਰਵੀ ਉੱਪਰ ਇਹ ਨਿਯਮ ਲਾਗੂ ਨਹੀਂ ਹੁੰਦਾ। ਇਸ ਅਪਵਾਦ ਵਿੱਚੋਂ ਕੱਢਣ ਲਈ ਵਿਦਵਾਨਾਂ ਨੇ ਪੂਰਵਾਂਗ ਤੇ ਉਤਰੰਗ ਦੇ ਖੇਤਰ ਨੂੰ ਹੋਰ ਵਧਾ ਦਿੱਤਾ। ਪੂਰਵਾਂਗ ਭਾਗ ਵਿੱਚ ਪਾਸਵਰ ਨੂੰ ਜੋੜ ਦਿੱਤਾ ਗਿਆ ਅਤੇ ਉਤਰੰਗ ਭਾਗ ਵਿੱਚ ਮਾ ਸਵਰ ਨੂੰ ਜੋੜ ਦਿੱਤਾ ਗਿਆ। ਇਸ ਪ੍ਰਕਾਰ ਮਾ ਅਤੇ ਪਾਸਵਰ ਪੂਰਵਾੰਗ ਤੇ ਉਤਰਾੰਗ ਦੋਨੋਂ ਭਾਗਾ ਵਿੱਚ ਆਉਂਦੇ ਹਨ ਇਸ ਪ੍ਰਕਾਰ ਪੂਰਵਾੰਗ ਭਾਗ ਸਾ ਰੇ ਗਾ ਮਾ ਪਾ ਅਤੇ ਉਤਰਾੰਗ ਮਾ ਪਾ ਧਾ ਨੀ ਸਾ ਬਣ ਗਿਆ ਅਜਿਹਾ ਕਰਨ ਨਾਲ ਜਿਹੜੇ ਰਾਗਾਂ ਦਾ ਵਾਦੀ ਸਵਰ ਮਾ ਜਾਂ ਪਾ ਹੁੰਦਾ ਸੀ ਉਹਨਾਂ ਦਾ ਸਮਾਂ ਨਿਸ਼ਚਿਤ ਕਰਨਾ ਮੁਸ਼ਕਿਲ ਹੋ ਗਿਆ ਇਸ ਸਮੱਸਿਆ ਵਿੱਚੋਂ ਨਿਕਲਣ ਲਈ ਇਹ ਦੇਖਿਆ ਜਾਂਦਾ ਹੈ ਕਿ ਰਾਗ ਦਾ ਚਲਨ ਸਬਤਕ ਦੇ ਕਿਹੜੇ ਹਿੱਸੇ ਵਿੱਚ ਵਧੇ ਰਿਹਾ ਹੈ ਜੇਕਰ ਰਾਗ ਦਾ ਚਲਨ ਸਬਤਕ ਦੇ ਪੂਰਵਾੰਗ ਵਿੱਚ ਵਧੇ ਰਿਹਾ ਹੈ ਤਾਂ ਰਾਗ ਪੂਰਵਾੰਗਵਾਦੀ ਹੋਵੇਗਾ ਅਤੇ ਜੇਕਰ ਸਬਤਕ ਦੇ ਉਤਰਾੰਗ ਵਿੱਚ ਰਾਗ ਦਾ ਚਲਨ ਵਧੇ ਰਿਹਾ ਹੈ ਤਾਂ ਰਾਗ ਉਤਰਾੰਗਵਾਦੀ ਹੋਵੇਗਾ ਦੂਜਾ ਪੰਡਿਤ ਬਾਦਖੰਡੇ ਜੀ ਦਾ ਵਿਗਿਆਨਿਕ ਢੰਗ ਪੰਡਿਤ ਬਾਦਖੰਡੇ ਜੀ ਨੇ ਰਾਗਾਂ ਦਾ ਸਮਾ ਨਿਸ਼ਚਿਤ ਕਰਨ ਲਈ ਵਿਗਿਆਨਿਕ ਢੰਗ ਨਾਲ ਰਾਗਾਂ ਨੂੰ ਤਿੰਨ ਵਰਗਾ ਵਿੱਚ ਵੰਡਿਆ ਹੈ ਜੋ ਕਿ ਸੰਗੀਤ ਰਤਨਾਕਰ ਗ੍ਰੰਥ ਦੇ ਵਿੱਚ ਦਿੱਤੇ ਗਏ ਸਿਧਾਂਤ ਤੇ ਆਧਾਰਿਤ ਹੈ ਪਹਿਲਾ ਰੇ ਅਤੇ ਦਾ ਕੋਮਲ ਸਵਰ ਵਾਲੇ ਰਾਗ ਦੁਜਾ ਰੇ ਅਤੇ ਦਾ ਸ਼ੁੱਧ ਸਵਰਾਵਲੇ ਰਾਗ ਤਿਜਾ ਗਾ ਅਤੇ ਨੀ ਕੋਮਲ ਸਵਰਾਵਲੇ ਰਾਗ ਪਹਿਲਾ ਰੇ ਅਤੇ ਦਾ ਕੋਮਲ ਸਵਰਾਵਲੇ ਰਾਗ ਰੇ ਅਤੇ ਦਾ ਕੋਮਲ ਸਵਰਾਵਲੇ ਰਾਗ ਸੰਦੀਪrakash ਸਮੇ ਦੇ ਅੰਤਰਗਤ ਆਉਂਦੇ ਹਨ ਸੰਦੀਪrakash ਸਮਾ ਉਹ ਸਮਾ ਹੈ ਜਦੋਂ ਦਿਨ ਅਤੇ ਰਾਤ ਦਾ ਪਰਸਪਰ ਮੇਲ ਹੁੰਦਾ ਹੈ ਐ ਸਮਾ ਦਿਨ ਦੇ ਵਿੱਚ ਦੋ ਵਾਰ ਆਉਂਦਾ ਹੈ ਪ੍ਰਾਤਕਾਲੀਨ ਸੰਦੀਪrakash ਅਤੇ ਸੰਜਕਾਲੀਨ ਸੰਦੀਪrakash ਸੰਦੀਪrakash ਦਾ ਸਮਾ ਸਵੇਰੇ ਦੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਮੰਨਿਆ ਗਿਆ ਹੈ ਇਸ ਨਿਯਮ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਪ੍ਰਾਤਕਾਲੀਨ ਸੰਦੀਪrakash ਰਾਗਾ ਵਿੱਚ ਸ਼ੁੱਧ ਮadhyam ਅਤੇ ਸੰਜਕਾਲੀਨ ਸੰਦੀਪrakash ਰਾਗਾ ਵਿੱਚ ਤੀਵਰ ਮadhyam ਦੀ ਪ੍ਰਧਾਨਤਾ ਹੁੰਦੀ ਹੈ ਸਵੇਰ ਦੇ ਸੰਦੀਪrakash ਰਾਗਾ ਵਿੱਚ ਪੈਰਵ ਰਾਮਕਲੀ ਆਦ ਰਾਗ ਆਉਂਦੇ ਹਨ ਅਤੇ ਸ਼ਾਮ ਦੇ ਸੰਦੀਪrakash ਰਾਗਾਂ ਦੀ ਸ਼੍ਰੇਣੀ ਵਿੱਚ ਪੂਰਵੀ ਪੂਰੀਆ ਤਨਾਸਰੀ ਆਦ ਰਾਗ ਆਉਂਦੇ ਹਨ ਇਸ ਨਿਯਮ ਦਾ અપਵਾਦ ਵੀ ਹੈ ਕੁਝ ਸੰਦੀਪrakash ਰਾਗ ਅਜਿਹੀ ਵੀ ਹਨ ਜਿਨ੍ਹਾਂ ਵਿੱਚ ਰੇ ਕੋਮਲ ਹੈ ਪਰੰਤੂ ਦਾ ਸੁਰ ਸ਼ੁੱਧ ਪ੍ਰਯੋਗ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਰਾਗ ਮਾਰਵਾ ਸੰਚਕਾਲੀ ਸੰਦੀਪrakash ਰਾਗ ਹੈ ਇਸ ਵਿੱਚ ਰੇ ਕੋਮਲ ਦੇ ਨਾਲ ਨਾਲ ਦਾ ਸ਼ੁੱਧ ਪ੍ਰਯੋਗ ਹੁੰਦਾ ਹੈ ਇਸ અપਵਾਦ ਵਿੱਚੋਂ ਕੱਢਣ ਦੇ ਲਈ ਇਹਨਾਂ ਰਾਗਾ ਵਿੱਚ ਰੇ ਕੋਮਲ ਦੇ ਨਾਲ ਨਾਲ ਗਾ ਸ਼ੁੱਧ ਪ੍ਰਯੋਗ ਇਹਨਾਂ ਰਾਗਾ ਵਿੱਚ ਜ਼ਰੂਰੀ ਮੰਨਿਆ ਗਿਆ ਹੈ ਦਾ ਸੁਰ ਕੋਮਲ ਅਤੇ ਸ਼ੁੱਧ ਕੋਈ ਵੀ ਹੋ ਸਕਦਾ ਹੈ ਇਸ ਦੇ ਅੰਤਰਗ ਪਰ ਪੂਰਵੀ ਤੇ ਮਾਰਵਾ ਠਾਟ ਦੇ ਜੰਨਿਆ ਰਗ ਆਉਂਦੇ ਹਨ ਦੂਜਾ ਰੇ ਅਤੇ ਦਾ ਸ਼ੁੱਧ ਸਵਰ ਵਾਲੇ ਰਾਗ ਸੰਦੀਪrakash ਰਾਗਾਂ ਤੋਂ ਬਾਅਦ ਰੇ ਅਤੇ ਦਾ ਸ਼ੁੱਧ ਸਵਰ ਵਾਲੇ ਰਾਗ ਦਾ ਸਮਾਉਂਦਾ ਹੈ ਇਹਨਾਂ ਰਾਗਾਂ ਦਾ ਸਮਾ ਦਿਨ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈ ਕੁਝ ਵਿਦਵਾਨ ਇਸ ਦਾ ਸਮਾ 7 ਵਜੇ ਤੋਂ ਲੈ ਕੇ 12 ਵਜੇ ਤੱਕ ਵੀ ਦੱਸਦੇ ਹਨ ਇਸ ਵਰਗ ਦੇ ਅੰਤਰਗਤ ਬਿਲਾਵਲ ਕਲਿਆਣ ਖਮਾਜ ਆਦਿ ਠਾਟਾ ਦੇ ਰਾਗ ਆਉਂਦੇ ਹਨ ਇਹਨਾਂ ਰਗਾ ਦੀ ਸ਼੍ਰੇਣੀ ਵਿੱਚ ਰੇ ਦਾ ਸ਼ੁੱਧ ਸਵਰ ਦੇ ਨਾਲ ਗਾ ਸ਼ੁੱਧਾ ਹੋਣਾ ਵੀ ਜ਼ਰੂਰੀ ਮੰਨਿਆ ਗਿਆ ਹੈ। ਸਵੇਰ ਦੇ ਰੇ ਦਾ ਸ਼ੁੱਧ ਸਵਰ ਵਾਲੇ ਰਾਗ ਵਿੱਚ ਸ਼ੁੱਧ ਮadhyam ਅਤੇ ਸ਼ਾਮ ਦੇ ਰਾਗਾਂ ਵਿੱਚ ਤੀਵਰ ਮadhyam ਦੀ ਪ੍ਰਧਾਨਤਾ ਹੁੰਦੀ ਹੈ। ਤੀਜਾ ਗਾ ਅਤੇ ਨੀ ਕੋਮਲ ਸਵਰ ਵਾਲੇ ਰਾਗ ਰੇ ਅਤੇ ਦਾ ਸ਼ੁੱਧ ਸਵਰ ਵਾਲੇ ਰਾਗਾਂ ਦੇ ਗਾਇਨ ਤੋਂ ਬਾਅਦ ਗਾ ਅਤੇ ਨੀ ਕੋਮਲ ਸਵਰ ਵਾਲੇ ਰਾਗ ਦਾ ਸਮਾ ਆਉਂਦਾ ਹੈ। ਇਹਨਰ ਅਗਰ ਦਾ ਗਾਇਨ ਸਮਾ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਤੇ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਮੰਨਿਆ ਜਾਂਦਾ ਹੈ ਇਸ ਦੇ ਅੰਦਰ ਕਾਫੀ ਤੋੜੀ ਪੈਰਵੀ ਆਸਾਵਰੀ ਠਾਟ ਦੇ ਰਾਗ ਆਉਂਦੇ ਹਨ ਇਸ ਨਿਯਮ ਵਿੱਚ ਵੀ અપਵਾਦ ਪਾਇਆ ਗਿਆ ਹੈ ਕਿਉਂਕਿ ਇਸ ਨਿਯਮ ਦੇ ਅੰਤਰਗਤ ਕੁਝ ਰਾਗ ਅਜੀਹ ਹਨ ਜਿਨ੍ਹਾਂ ਵਿੱਚ ਗਾ ਕੋਮਲ ਦੇ ਨਾਲ ਨੰਨੀ ਸ਼ੁਧਾ ਪ੍ਰਯੋਗ ਹੁੰਦਾ ਹੈ ਇਸ ਨਿਯਮ ਨੂੰ ਇਸ અપਵਾਦ ਵਿੱਚੋਂ ਕੱਢਣ ਲਈ ਵਿਦਵਾਨਾਂ ਨੇ ਇਸ ਦੇ ਅੰਤਰਗਤ ਆਉਣ ਵਾਲੇ ਰਾਗਾ ਵਿੱਚ ਗਾ ਕੋਮਲ ਦਾ ਹੋਣਾ ਜ਼ਰੂਰੀ ਮੰਨਿਆ ਹੈ ਇਸ ਪ੍ਰਕਾਰ ਪੰਡਿਤ ਪਾਤਖੰਡੇ ਜਿਨੇ ਵਿਗਿਆਨਕ ਢੰਗ ਅਨੁਸਾਰ 10 ਥਾਟਾ ਦੇ ਰਾਗਾ ਦੇ ਸਮੇਂ ਨੂੰ ਨਿਰਧਾਰਿਤ ਕੀਤਾ ਹੈ ਧੰਨਵਾਦ